ਭਾਰਤੀ ਮੀਡੀਆ ਦੇ ਵਿੱਚ ਇੱਕ ਖਬਰ ਦੇ ਖੂਬ ਚਰਚੇ ਹੋ ਰਹੇ ਨੇ ਅਤੇ ਸੋਸ਼ਲ ਮੀਡੀਆ 'ਤੇ ਵੀ ਇਸ ਨੂੰ ਲੈ ਕੇ ਕਈ ਪੋਸਟਾਂ ਪਾਈਆਂ ਜਾ ਰਹੀਆਂ ਨੇ। ਇਹ ਖਬਰ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਦੇ ਬੇਟੇ ਆਰਿਆਨ ਖਾਨ ਨੂੰ ਰੇਵ ਪਾਰਟੀ ਤੋਂ ਹਿਰਾਸਤ ਦੇ ਵਿੱਚ ਲੈ ਲਿਆ। ਆਰਿਆਨ ਖਾਨ ਤੇ ਕਥਿਤ ਤੌਰ ਤੇ ਨਸ਼ੀਲੇ ਪਦਾਰਥ ਜਾਂ ਡਰੱਗਸ ਖਰੀਦਣ ਅਤੇ ਲੈਣ ਦਾ ਇਲਜ਼ਾਮ ਲਗਾਇਆ ਗਿਆ। ਆਰਿਆਨ ਸਮੇਤ 8 ਵਿਅਕਤੀਆਂ ਨੂੰ ਕਥਿਤ ਕੋਡੇਲੀਆ ਕਰੂਜ਼ ਰੇਵ ਪਾਰਟੀ ਦੇ ਸੰਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਪਰ ਆਖਿਰ ਇਹ ਰੇਵ ਪਾਰਟੀ ਹੁੰਦੀ ਕੀ ਹੈ, ਇਸ ਦੇ ਵਿੱਚ ਕਿਹੜੇ ਲੋਕ ਸ਼ਾਮਿਲ ਹੁੰਦੇ ਨੇ, ਇਸ ਨੂੰ ਲੈ ਕੇ ਅਸੀਂ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਕੁਝ ਅਧਿਕਾਰੀਆਂ ਅਤੇ ਮੁਖਬਰਾਂ ਦੇ ਨਾਲ ਗੱਲਬਾਤ ਕੀਤੀ। ਸੋ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ ਕਿ ਆਖਿਰ ਰੇਵ ਪਾਰਟੀ ਕੀ ਹੁੰਦੀ ਹੈ। ਰੇਵ ਪਾਰਟੀਆਂ ਗੁਪਤ ਤਰੀਕੇ ਦੇ ਨਾਲ ਆਯੋਜਿਤ ਕੀਤੀਆਂ ਜਾਂਦੀਆਂ ਨੇ। ਇੱਥੇ ਨਸ਼ੇ, ਸ਼ਰਾਬ, ਸੰਗੀਤ, ਨਾਚ ਅਤੇ ਕਈ ਵਾਰ ਸੈਕਸ ਕਾਕਟੇਲਸ ਦੀ ਭਰਪੂਰ ਵਰਤੋਂ ਹੁੰਦੀ ਹੈ। ਐਨਸੀਬੀ ਦੇ ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਦਰਅਸਲ ਇਹਨਾਂ ਰੇਵ ਪਾਰਟੀਆਂ ਦੇ ਵਿੱਚ ਚੋਣਵੇਂ ਗਰੁੱਪਾਂ ਦੇ ਕੁਝ ਖਾਸ ਲੋਕ ਸ਼ਾਮਿਲ ਹੁੰਦੇ ਨੇ। ਇਸ ਦੇ ਵਿੱਚ ਨਵੇਂ ਲੋਕਾਂ ਨੂੰ ਬਹੁਤ ਹੀ ਘੱਟ ਸ਼ਾਮਿਲ ਕੀਤਾ ਜਾਂਦਾ ਤਾਂ ਕਿ ਜਾਣਕਾਰੀ ਇਸ ਦੀ ਜ਼ਿਆਦਾ ਨਾ ਫੈਲੇ। ਨਾਲ ਹੀ ਉਹਨਾਂ ਨੇ ਦੱਸਿਆ ਕਿ ਨਸ਼ਾ ਕਰਨ ਵਾਲਿਆਂ ਦੇ ਲਈ ਅਤੇ ਨਸ਼ਾ ਤਸਕਰਾਂ ਦੇ ਲਈ ਇਹ ਕਾਫ਼ੀ ਸੁਰੱਖਿਅਤ ਜਗ੍ਹਾ ਮੰਨੀ ਜਾਂਦੀ ਹੈ। ਐਨਸੀਬੀ ਦੇ ਇੱਕ ਮੁਖਬਰ ਨੇ ਸਾਨੂੰ ਦੱਸਿਆ ਕਿ ਪਿਛਲੇ ਦਿਨੀ ਉਹਨਾਂ ਨੇ ਐਨਸੀਬੀ ਨੂੰ 2 ਰੇਵ ਪਾਰਟੀਆਂ ਦੇ ਸੰਬੰਧ ਦੇ ਵਿੱਚ ਜਾਣਕਾਰੀ ਦਿੱਤੀ ਸੀ, ਜਿਸ ਨੂੰ ਕਿ ਟਿਪ ਕਹਿੰਦੇ ਨੇ। ਉਹ ਕਹਿੰਦੇ ਨੇ ਕਿ ਰੇਵ ਪਾਰਟੀਆਂ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਨਸ਼ੇ ਕੀਤੇ ਜਾਂਦੇ ਨੇ, ਮੁੱਖ ਤੌਰ 'ਤੇ ਦਿਮਾਗ ਭਰਮਾਉਣ ਵਾਲੇ ਡਰੱਗਸ ਦੀ ਵਰਤੋਂ ਕੀਤੀ ਜਾਂਦੀ ਹੈ। ਆਦਿ ਲੱਗੇ ਕਹਿੰਦੇ ਨੇ ਕਿ ਐਕਸਟੇਸੀ, ਕੈਟਾਮਾਈਨ, MDMA, MD ਅਤੇ ਚਰਸ ਵੀ ਰੇਵ ਪਾਰਟੀਆਂ ਦੇ ਵਿੱਚ ਇਸਤੇਮਾਲ ਹੁੰਦੀ ਹੈ। ਇਹਨਾਂ ਰੇਵ ਪਾਰਟੀਆਂ ਦੇ ਵਿੱਚ ਇਲੈਕਟ੍ਰੋਨਿਕ ਟ੍ਰਾਂਸ ਸੰਗੀਤ ਵਜਾਇਆ ਜਾਂਦਾ ਤਾਂ ਕਿ ਜ਼ਿਆਦਾ ਦੇਰ ਤੱਕ ਲੋਕ ਜਿਨ੍ਹਾਂ ਨੇ ਨਸ਼ਾ ਲਿੱਤਾ ਹੁੰਦਾ ਉਸੇ ਮਨੋਸਥਿਤੀ ਦੇ ਵਿੱਚ ਬਣੇ ਰਹਿਣ। ਇਸ ਤੋਂ ਬਾਅਦ ਨਸ਼ਾ ਲੈਣ ਵਾਲੇ ਮੁੰਡੇ ਅਤੇ ਕੁੜੀਆਂ ਉੱਚੀ ਆਵਾਜ਼ ਵਾਲੇ ਸੰਗੀਤ 'ਤੇ ਨੱਚਦੇ ਨੇ ਅਤੇ ਨਾਲ ਹੀ ਇਹ ਜੋ ਰੇਵ ਪਾਰਟੀਆਂ ਹੁੰਦੀਆਂ ਨੇ 24 ਘੰਟੇ ਤੋਂ ਲੈ ਕੇ 3 ਦਿਨਾਂ ਤੱਕ ਚੱਲ ਸਕਦੀਆਂ ਨੇ। ਇੰਨਾ ਹੀ ਨਹੀਂ, ਜੋ ਲੋਕ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਨੇ ਅਤੇ ਉਹ ਲੋਕ ਜੋ ਕਿ ਇਸ ਪਾਰਟੀ ਦੇ ਪ੍ਰਬੰਧਕ ਹੁੰਦੇ ਨੇ ਉਹ ਇੱਕ ਕੋਡ ਭਾਸ਼ਾ ਦੀ ਵਰਤੋਂ ਕਰਦੇ ਨੇ। ਐਨਸੀਬੀ ਦੇ ਇੱਕ ਅਧਿਕਾਰੀ ਦੱਸਦੇ ਨੇ ਕਿ ਇੱਥੇ ਇੱਕ ਖਾਸ ਮਿਊਜ਼ਿਕ ਸਿਸਟਮ ਹੁੰਦਾ ਤਾਂ ਜੋ ਇਲੈਕਟ੍ਰੋਨਿਕ ਟ੍ਰਾਂਸ ਸੰਗੀਤ ਉੱਚੀ ਆਵਾਜ਼ ਦੇ ਵਿੱਚ ਚਲਾਇਆ ਜਾ ਸਕੇ। ਇਹਨਾਂ ਪਾਰਟੀਆਂ ਦੇ ਵਿੱਚ ਲੇਜ਼ਰ ਸ਼ੋਅ, ਪ੍ਰੋਜੈਕਟਿਡ ਰੰਗ ਵਾਲੀਆਂ ਤਸਵੀਰਾਂ, ਵਿਜੂਅਲ ਇਫੈਕਟਸ ਅਤੇ ਧੂੰਏ ਵਾਲੀਆਂ ਮਸ਼ੀਨਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਮੁੰਬਈ ਪੁਲਿਸ ਦੇ ਇੱਕ ਸੇਵਾ ਮੁਕਤ ਪੁਲਿਸ ਅਧਿਕਾਰੀ ਸਮਾਧਾਨ ਤਨੇਤਰ ਨੇ ਐਨਸੀਬੀ ਦੇ ਨਾਲ ਕੰਮ ਕੀਤਾ। ਉਹ ਕਹਿੰਦੇ ਨੇ ਕਿ ਇਹ ਪਾਰਟੀਆਂ ਵੱਖਰੀਆਂ ਥਾਵਾਂ 'ਤੇ ਕੀਤੀਆਂ ਜਾਂਦੀਆਂ ਨੇ ਤਾਂ ਜੋ ਲੋਕਾਂ ਨੂੰ ਕੋਈ ਸ਼ੱਕ ਨਾ ਹੋਵੇ। ਪਰ ਹੁਣ ਸਵਾਲ ਕਿ ਜੇਕਰ ਰੇਵ ਪਾਰਟੀਆਂ ਨੂੰ ਇੰਨਾ ਸੀਕ੍ਰੇਟਿਵ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਤਾਂ ਲੋਕਾਂ ਨੂੰ ਇਸਦਾ ਸੱਦਾ ਕਿਵੇਂ ਦਿੱਤਾ ਜਾਂਦਾ ਹੈ? ਲੋਕਾਂ ਨੂੰ ਸੱਦਾ ਵੀ ਕੋਡ ਭਾਸ਼ਾ ਦੇ ਵਿੱਚ ਹੀ ਦਿੱਤਾ ਜਾਂਦਾ। ਆਦਿਲ ਕਹਿੰਦੇ ਨੇ ਕਿ ਪਿਛਲੇ ਕੁਝ ਸਾਲਾਂ ਦੌਰਾਨ ਰੇਵ ਪਾਰਟੀਆਂ ਦੇ ਸੱਦੇ ਭੇਜਣ ਦੇ ਲਈ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਵਧੀ ਹੈ। ਇਸ ਦੇ ਨਾਲ ਜੁੜੇ ਲੋਕਾਂ ਜਾਂ ਨੌਜਵਾਨਾਂ ਦੇ ਛੋਟੇ ਸਮੂਹ ਬਣਾਏ ਜਾਂਦੇ ਨੇ ਅਤੇ ਉਹਨਾਂ ਦੁਆਰਾ ਸੱਦੇ ਭੇਜੇ ਜਾਂਦੇ ਨੇ, ਕਿਉਂਕਿ ਇੱਥੇ ਡਰੱਗਸ ਦਾ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਹੈ। ਇਸ ਦੇ ਲਈ ਰੇਵ ਪਾਰਟੀਆਂ ਦਾ ਪ੍ਰਬੰਧ ਜੰਗਲਾਂ ਜਾਂ ਪੁਲਿਸ ਦੀ ਪਹੁੰਚ ਤੋਂ ਬਾਹਰ ਕੁਝ ਥਾਵਾਂ 'ਤੇ ਕੀਤਾ ਜਾਂਦਾ ਹੈ। ਸਮਾਧਾਨ ਦੱਸਦੇ ਨੇ ਕਿ ਰੇਵ ਪਾਰਟੀ ਦੇ ਪ੍ਰਬੰਧਕ ਕਿਸੇ ਗੁਪਤ ਕੋਡ ਦੀ ਵਰਤੋਂ ਕਰਦੇ ਨੇ। ਕੋਈ ਵੀ ਵਿਅਕਤੀ ਪਾਰਟੀ ਦੇ ਵਿੱਚ ਅਚਾਨਕ ਸ਼ਾਮਲ ਨਹੀਂ ਹੋ ਸਕਦਾ, ਕਈ ਵਾਰ ਤਾਂ ਇਸ ਦੀ ਜਾਣਕਾਰੀ ਮੂਲ ਜ਼ਬਾਨੀ ਹੀ ਦਿੱਤੀ ਜਾਂਦੀ ਹੈ। ਹੁਣ ਸਵਾਲ ਕਿ ਇਹਨਾਂ ਰੇਵ ਪਾਰਟੀਆਂ ਦੇ ਵਿੱਚ ਕਿਹੜੇ ਲੋਕ ਸ਼ਾਮਲ ਹੁੰਦੇ ਨੇ? ਦਰਅਸਲ ਇਹ ਰੇਵ ਪਾਰਟੀਆਂ ਕਾਫ਼ੀ ਮਹਿੰਗੀਆਂ ਹੁੰਦੀਆਂ ਨੇ, ਇਸ ਦੇ ਲਈ ਤੁਹਾਨੂੰ ਹਜ਼ਾਰਾਂ ਜਾਂ ਲੱਖਾਂ ਰੁਪਏ ਖਰਚਣੇ ਪੈਂਦੇ ਨੇ ਅਤੇ ਇੱਕ ਚੋਣਵੇਂ ਗਰੁੱਪ ਦੇ ਲਈ ਹੀ ਇਹ ਰੇਵ ਪਾਰਟੀਆਂ ਆਯੋਜਿਤ ਕੀਤੀਆਂ ਜਾਂਦੀਆਂ ਨੇ। ਇਸ ਕਰਕੇ ਖਾਸ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਅਮੀਰ ਘਰਾਂ ਦੇ ਲੋਕ ਜ਼ਿਆਦਾ ਇਹਨਾਂ ਰੇਵ ਪਾਰਟੀਆਂ ਦਾ ਹਿੱਸਾ ਬਣਦੇ ਨੇ। ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਮੱਧ ਵਰਗ ਦੇ ਨੌਜਵਾਨ ਵੀ ਅਮੀਰ ਬੱਚਿਆਂ ਦੇ ਨਾਲ ਇਸ ਸਭ ਦੇ ਵਿੱਚ ਹਿੱਸਾ ਲੈਂਦੇ ਪਾਏ ਗਏ ਨੇ। ਪਰ ਰੇਵ ਪਾਰਟੀਆਂ ਦਾ ਟ੍ਰੈਂਡ ਕੋਈ ਨਵਾਂ ਨਹੀਂ ਹੈ। 1980 ਦੇ ਦਹਾਕੇ ਤੋਂ ਰੇਵ ਪਾਰਟੀਆਂ ਦਾ ਟ੍ਰੈਂਡ ਚੱਲਦਾ ਆ ਰਿਹਾ, ਹਾਲਾਂਕਿ 1990 ਤੋਂ ਬਾਅਦ ਇਹ ਟ੍ਰੈਂਡ ਕਾਫ਼ੀ ਜ਼ਿਆਦਾ ਵੱਧ ਗਿਆ। BBC ਨਿਊਜ਼ ਬੀਟ ਦੀ ਇੱਕ ਰਿਪੋਰਟ ਦੇ ਮੁਤਾਬਕ ਰੇਵ ਪਾਰਟੀਆਂ ਦੇ ਵਿੱਚ ਸ਼ਾਮਲ ਹੋਣ ਵਾਲੇ ਨੂੰ ਰੇਵਰ ਕਿਹਾ ਜਾਣ ਲੱਗਿਆ। ਜਦੋਂ ਇਹ ਪਾਰਟੀਆਂ ਜ਼ਿਆਦਾ ਮਸ਼ਹੂਰ ਹੋਣ ਲੱਗੀਆਂ ਤਾਂ ਨਸ਼ਿਆਂ ਦੀ ਵਰਤੋਂ ਵੀ ਜ਼ਿਆਦਾ ਹੋਣ ਲੱਗੀ ਅਤੇ ਗੈਰ ਸਮਾਜਿਕ ਤੱਤ ਇਸਦਾ ਹਿੱਸਾ ਬਣਨ ਲੱਗੇ। 1990 ਦੇ ਵਿੱਚ UK ਦੇ ਵਿੱਚ ਐਂਟਰਟੇਨਮੈਂਟ ਐਕਟ ਪਾਸ ਕੀਤਾ ਗਿਆ, ਜਿਸ ਦੇ ਵਿੱਚ ਗੈਰ ਕਾਨੂੰਨੀ ਰੇਵ ਪਾਰਟੀਆਂ ਕਰਨ 'ਤੇ £20,000 ਤੱਕ ਦਾ ਜੁਰਮਾਨਾ ਰੱਖਿਆ ਗਿਆ। ਹੁਣ ਗੱਲ ਭਾਰਤ ਦੇ ਉਹਨਾਂ ਰੇਵ ਪਾਰਟੀਆਂ ਦੀ ਕਰਦੇ ਹਾਂ ਜਿਨ੍ਹਾਂ ਦਾ ਜਦੋਂ ਪਰਦਾਫਾਸ਼ ਹੋਇਆ ਤੇ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ। ਸਾਲ 2009 ਦੇ ਵਿੱਚ ਮੁੰਬਈ ਪੁਲਿਸ ਨੇ ਜੂਹੂ ਇਲਾਕੇ ਦੇ ਵਿੱਚ ਬੰਬੇ 72 ਕਲੱਬ ਉੱਤੇ ਛਾਪਾ ਮਾਰਿਆ ਸੀ। ਇਸ ਛਾਪੇਮਾਰੀ ਦੌਰਾਨ ਪੁਲਿਸ ਨੇ 946 ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ। ਇਹਨਾਂ ਵਿੱਚੋਂ ਬਹੁਤਿਆਂ ਦੇ ਖੂਨ ਦੇ ਨਮੂਨਿਆਂ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਉਹਨਾਂ ਨੇ ਨਸ਼ੀਲੇ ਪਦਾਰਥ ਲਏ ਸੀ। ਰਾਏਗੜ੍ਹ ਪੁਲਿਸ ਨੇ 2011 ਦੇ ਵਿੱਚ ਖਾਲਾਪੁਰ ਦੇ ਵਿੱਚ ਇੱਕ ਰੇਵ ਪਾਰਟੀ 'ਤੇ ਛਾਪਾ ਮਾਰਿਆ। ਇਸ ਮਾਮਲੇ ਦੇ ਸੰਬੰਧ ਵਿੱਚ ਐਂਟੀ ਨਾਰਕੋਟਿਕ ਸੈੱਲ ਦੇ ਇੱਕ ਅਧਿਕਾਰੀ ਅਨਿਲ ਯਾਦਵ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਸ ਪਾਰਟੀ ਤੋਂ ਹਿਰਾਸਤ ਦੇ ਵਿੱਚ ਲਏ ਗਏ ਵਿਅਕਤੀਆਂ ਦੇ ਖੂਨ ਦੇ ਨਮੂਨੇ ਲੈਣ 'ਤੇ ਉਹਨਾਂ ਵਿੱਚੋਂ 275 ਲੋਕਾਂ ਦੇ ਡਰੱਗਸ ਲੈਣ ਦੀ ਰਿਪੋਰਟ ਪੋਜ਼ਿਟਿਵ ਆਈ ਸੀ।
ਸੋ ਐਸੀ ਸਾਡੀ ਕੋਸ਼ਿਸ਼ ਤਾਂ ਕਿ ਤੁਸੀਂ ਸਮਝ ਸਕੋ ਕਿ ਆਖਿਰ ਰੇਵ ਪਾਰਟੀਆਂ ਹੁੰਦੀਆਂ ਕੀ ਨੇ, ਜਿਸ ਦੀ ਕਾਫੀ ਚਰਚਾ ਅੱਜ ਕੱਲ੍ਹ ਹੋ ਰਹੀ ਹੈ। ਸੋ ਇਸ ਰਿਪੋਰਟ ਦੇ ਵਿੱਚ ਅੱਜ ਦੇ ਲਈ ਬਸ ਇੰਨਾ ਹੀ। ਮੈਨੂੰ ਦੋ ਇਜਾਜ਼ਤ, ਪਰ BBC ਨਿਊਜ਼ ਪੰਜਾਬੀ ਦੀ ਵੈਬਸਾਈਟ ਜੋ ਕਿ ਹੈ bbc.com/punjabi, ਉੱਥੇ ਤੁਸੀਂ ਦਿਨ ਭਰ ਦੀਆਂ ਕਈ ਅਹਿਮ ਖਬਰਾਂ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਡੇ ਯੂਟਿਊਬ ਚੈਨਲ 'ਤੇ ਜਾ ਸਕਦੇ ਹੋ, ਫੇਸਬੁੱਕ ਪੇਜ 'ਤੇ ਜਾ ਸਕਦੇ ਹੋ, ਇੰਸਟਾਗ੍ਰਾਮ 'ਤੇ, ਟਵਿੱਟਰ ਹੈਂਡਲ 'ਤੇ ਵੀ ਜਾ ਕੇ ਖਾਸ ਅਪਡੇਟਸ ਪੜ੍ਹ ਸਕਦੇ ਹੋ।